हाँ जी, सत श्री अकाल जी सारे ना। वधिया फार्म यूट्यूब चैनल ते तुहाडा स्वागत है जी। किसान वीरो, अज दी जिहड़ी आपां वीडियो बना रहे हां, शहर तरन तारन, तहसील भी तरन तारन ते जिला भी तरन तारन, तरन तारन शहर दे विचों बिल्कुल आपां वीडियो तुहानूं दिखाउणी अज। अगे भी इस घर दे विचों तुहानूं वीडियो दिखाई दियां वा। ते अज दी वीडियो दे विच तुहानूं इक सज्जरगा, कुछ गब्बना ते कुछ तोकड़ा गब्बना तुहानूं दिखाउणियां। गलबात हुण आपां वीर जी हुणां नाल करदे हां ते पुछदे हां सारी डिटेल। काफ़ी आ सारे पशु जिहड़े गब्बन तोकड़ गब्बन ही तुहानूं दिखाउणियां वा, जिन्हां दे विचों सिर्फ इक्को ही सूई है ते बाकी सारियां जिहड़ियां वा। रेट भी वीर जी हुणे कहिंदे कि आपां नॉर्मल ही करांगे। एक आ भी काफ़ी प्यारी गां, एक तुहानूं दिखावांगे, ठंडे सील पशु सारे तुहानूं दिखाउणे आ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਵਧੀਆ ਵਧੀਆ, ਤੁਸੀਂ ਦੱਸੋ। ਦਿਨਾਂ ਬਾਅਦ ਹੀ ਦਰਸ਼ਨ ਦਿੱਤੇ ਹਾਂ। ਦਰਸ਼ਨ ਤੇ ਤੁਹਾਡੇ ਹੋਏ, ਵਾਵਾ ਦਿਨਾਂ ਬਾਅਦ। ਇਦਾਂ ਭਾਜੀ ਫਿਰ ਮਾਲ ਆਪਾਂ ਘਰੋਣਾ ਵੀ ਨਾ ਮਾਹ ਰੈਟਰ ਬਾਹਰ। ਅੱਛਾ, ਉਹ ਫਿਰ ਵੀਰਾਂ ਦੇ ਫੋਨ ਫਾਨ ਆਉਂਦੇ ਵੀ ਤੁਸੀਂ ਵੀਡੀਓ ਨਹੀਂ ਪਾਉਂਦੇ। ਮੈਂ ਕਿਹਾ ਚੱਲ ਅੱਜ ਹੌਲੇ ਪਾ ਦੀਆਂ ਆਈਆਂ, ਵੀਡੀਓ ਪਾ ਦੀ ਇੱਕ ਬਣਾ ਦੀ। ਅੱਛਾ ਹਾਂਜੀ, ਠੀਕ ਹੈ। ਤਦ ਕਰਕੇ ਫਿਰ ਤੁਹਾਨੂੰ ਵੀ ਫੋਨ ਫਾਨ ਕਰ ਦੇਣਾ, ਤੁਹਾਡਾ ਵੀ ਟਾਈਮ। ਹਾਂ, ਟਾਈਮ ਦੀ ਥੋੜੇ ਕ ਆਪਣਾ ਟਾਈਮ ਵੀ ਨਹੀਂ ਰਲਿਆ ਵਿੱਚੋਂ ਕੁਛ, ਇੱਕ ਦੋ ਵਾਰੀ ਤੁਹਾਡਾ ਫੋਨ ਆਇਆ ਵੀ ਹੈ। ਹਾਂਜੀ ਹਾਂਜੀ ਭਾਜੀ, ਹਾਂਜੀ ਠੀਕ ਹੈ। ਹੁਣ ਵੀ ਕਹਿੰਦੇ ਗੱਡੀ ਲੱਦਣੀ ਹੈ ਇੱਕ। ਹਾਂਜੀ, ਗੱਡੀ ਲੱਦਣੀ, ਕੱਲ ਨੂੰ ਲੱਦਣੀ ਤੇ ਮੈਂ ਕਿਹਾ ਚੱਲ ਹੌਲੇ ਪਾ ਦੀਆਂ ਵਾ। ਅੱਛਾ, ਤੇ ਜੇ ਆਪਣੀ ਇੱਥੇ ਸੇਲ ਹੋ ਜਾਂਦੇ ਫਿਰ ਆਪਾਂ ਕੋਈ ਹੋਰ ਲੱਦਾਂਗੇ। ਕਿੱਧਰ ਕਿੱਧਰ ਘੱਲਦੇ ਮਾਲ? ਇਹ ਆਪਣਾ ਮਾਹ ਰੈਟਰ ਜਾਂਦਾ ਤੇ ਸ੍ਰੀਨਗਰ ਵੀ ਚੱਲਣ ਵਾਲਾ ਹੋਣਾ। ਅੱਛਾ, ਕਸ਼ਮੀਰ ਬਾਰਾਮੂਲੇ ਵੀ ਆਪਣਾ ਮਾਲ ਜਾਂਦਾ ਨਾ। ਠੀਕ ਹੈ, ਤੇ ਇਹ ਵੀ ਚੱਲ ਪੈਣਾ 26 ਤਰੀਕ ਨੂੰ। 26 ਤਰੀਕ ਨੂੰ ਜਿਹੜਾ ਵਾ। ਹਾਂਜੀ ਹਾਂਜੀ, ਸ਼ੁਰੂ ਹੋ ਜਾਣਾ ਉਧਰ ਦਾ। ਹਾਂਜੀ, ਸ਼ੁਰੂ ਹੋਣਾ 26 ਤਰੀਕ ਨੂੰ। ਫੋਨ ਆਏ ਉਧਰੋਂ ਬਾਰਾਮੂਲੇੋਂ। ਠੀਕ ਹੈ ਜੀ, ਤੇ 26 ਤਰੀਕ ਨੂੰ ਇਧਰ ਸ੍ਰੀਨਗਰ ਵੀ ਚੱਲੂ ਹੋ ਜਾਣਾ। ਠੀਕ ਹੈ, ਨਾਮ ਦੱਸ ਦੇ ਕਰੀ ਆਪਣਾ। ਮੇਰਾ ਨਾਮ ਦਵਿੰਦਰ ਸਿੰਘ ਆ। ਹਾਂਜੀ, ਤੇ ਆਪਾਂ ਤਰਨਤਾਰਨ ਦਰਬਾਰ ਸਾਹਿਬ ਦੇ ਕੋਲ ਹੀ ਆਪਣਾ ਘਰ ਹੈ। ਹਾਂਜੀ, ਦਰਬਾਰ ਸਾਹਿਬ ਦੇ ਲੱਗੇ ਹੀ ਆ ਬਿਲਕੁਲ, ਹੈ ਨਾ। ਲੱਗੇ ਘਰ ਆਪਣਾ। ਠੀਕ ਹੈ, ਤੇ ਫੋਨ ਨੰਬਰ ਬੋਲ ਦੇ ਕਰੀ। ਫੋਨ ਨੰਬਰ ਆਪਣਾ ਹੈਗਾ 73476। ਹਾਂਜੀ, 64055। ਠੀਕ ਹੈ ਜੀ। ਤੇਰਾ ਕਿੰਨਾ ਰਾਜੇ? 72028752। ਚਲੋ ਕੋਈ ਨਹੀਂ, ਵਿੱਚ ਆਪਾਂ ਦੋਵੇਂ ਨੰਬਰ ਲਿਖ ਦੇਾਂਗੇ, ਹੈ ਨਾ। ਸ਼ੁਰੂਆਤ ਫਿਰ ਆਪਾਂ ਸਭ ਤੋਂ ਪਹਿਲਾਂ ਜਿਹੜੀ ਆ ਪਹਿਲੇ ਨੰਬਰ ਤੇ ਸੂਈ ਹੈ, ਇਹਦੇ ਤੋਂ ਹੀ ਆਪਾਂ ਕਰਨੀ ਹੈ। ਕਿੰਨਵਾਂ ਸੂਆ ਚ ਵੀਰ ਜੀ ਇਹਦਾ? ਇਹ ਪਹਿਲੇ ਸੂਏ ਸੂਈ ਜੀ, ਪਹਿਲਾ ਸੂਆ ਸੂਈ ਹੈ ਤੇ ਥਾਣੇ ਤੇ ਕਰੀ ਲੱਗ ਰ ਦੇ ਸਕਦੇ, ਗੈਪ ਵੀ ਦੇ ਸਕਦੇ। ਬੱਚਾ ਕੀ ਆ ਗਿਆ ਤੇ? ਮਗਰ ਬੱਚਾ ਵੱਛੀ ਜੇ ਰੇ ਮਗਰ ਵੱਛੀ ਹੈ। ਹਾਂਜੀ, ਤੇ ਕਿੰਨਾ ਚਿਰ ਹੋਇਆ ਸੂਈ ਨੂੰ? ਇਹਨੂੰ ਅੱਜ 5ਵਾਂ ਦਿਨ ਹੋਇਆ ਜੀ। 5ਵਾਂ ਦਿਨ ਆ? ਹਾਂਜੀ। ਕਿੰਨਾ ਦੁੱਧ ਜੇ ਮੁੱਕੇ ਤੇ? ਹੁਣ ਆ ਟਾਈਮ ਤੇ 10 ਕਿਲੋ ਹੈਗਾ ਜੀ, ਜਿਹੜਾ ਮਿਨਿਮਮ ਬੱਚੇ ਨੂੰ ਛੱਡ ਗਏ। ਹੈਗਾ 10 ਲੀਟਰ ਪੂਰਾ? ਹਾਂਜੀ, ਪੂਰਾ 10 ਲੀਟਰ ਦੁੱਧ ਹੋਊਗਾ। ਕਿੰਨਾ ਕਿ ਚਵਾ ਜਾਊਗੀ ਦੁੱਧ? ਸੇਵਾ ਦੇ ਸਿਰ ਤੇ 11 12 ਕਿਲੋ ਕਰ ਜਾਊਗੀ, ਜ਼ਿਆਦਾ ਤੇ ਚਲੋ ਨਹੀਂ, ਛੋਟੇ ਕਰ ਜਾਊਗੀ 11 12 ਲੀਟਰ। ਹਾਂਜੀ, ਕਰ ਜਾਊ ਸੇਵਾ ਦੇ ਸਿਰ ਤੇ। ਠੀਕ ਹੈ, ਬਾਕੀ ਚਲੋ ਦਰਮਿਆਨਾ ਕਰਦੇ ਹਾਂ। ਹਾਂਜੀ, ਦਰਮਿਆਨਾ ਕਰ ਤੇ ਬਾਕੀ ਸੀਸ ਲਾ ਕੇ ਥਾਂ ਥੂੰ ਚੰਗਾ ਵਾ। ਹਾਂਜੀ ਹਾਂਜੀ, ਹਾਂਜੀ। ਤੇ ਕੀ ਫਿਰ ਮੁੱਲ ਰੱਖਣਾ ਦਰਮਿਆਨਾ ਜਾਈ ਇਹਦਾ? ਮੁੱਲ ਤੇ ਭਾਵੇਂ 32 ਕਰਾ ਲਓ, ਭਾਵੇਂ 30 ਕਰਾ ਲਓ, 28 ਚ ਮਾਨਤਾਨ ਕਰ ਦਾਂਗੇ। ਅੱਛਾ, 28 ਚ ਕਰੋਗੇ ਮਾਨਤਾਨ? ਹਾਂਜੀ ਹਾਂਜੀ ਹਾਂਜੀ। ਠੀਕ ਹੈ, ਖੋਲੋ ਫਿਰ ਵੀਰ ਜੀ ਤੁਹਾਡੀ। ਹਾਂ, ਦੇ ਸਕਦੇ ਜੀ ਮੌਕੇ ਤੇ ਜਿਹੜਾ ਵਾ 10 ਲੀਟਰ ਕਹਿੰਦੇ ਕਿ ਤਿਆਰ ਆ। ਤੇ 28,000 ਚੋਂ ਕਹਿੰਦੇ ਕਿ ਮਾਨਤਾਨ ਜਿਹੜਾ ਆਪਾਂ ਕਰ ਦਾਂਗੇ। ਹੁਣ ਠੰਡੀ ਤੇਰੀ ਆ ਜੀ? ਬਿਲਕੁਲ ਬਿਲਕੁਲ ਠੰਡੀ ਭਾਈ, ਤਾਂ ਤੁਮਾਰ ਰਹੀ ਆ। ਠੀਕ ਹੈ ਜੀ, ਠੀਕ ਹੈ ਵੀਰ ਜੀ, ਲੈ ਜਾ ਜੀ। ਹੁਣ ਤੁਹਾਨੂੰ ਆ ਦੂਸਰੇ ਨੰਬਰ ਤੇ ਇੱਕ ਵੈਟ ਤੁਹਾਨੂੰ ਦਿਖਾਉਣੀ ਆ। ਇਹ 5.5 ਮਹੀਨੇ ਦੀ ਚੈੱਕ ਇਹ ਬੱਚੀ ਆਪਣੀ ਘਰ ਦੀ ਆ। ਅੱਛਾ, ਇਹ ਮੁੱਲ ਨਹੀਂ ਲਈ ਜੇ ਤੇ ਇਹ 5.5 ਮਹੀਨੇ ਚੈੱਕ ਪਾਸ ਆ। ਅੱਛਾ, 5.5 ਮਹੀਨੇ ਦੀ ਚੈੱਕ ਪਾਸ ਆ, ਫੁੱਲ ਗਾਰੰਟੀ ਹੈ, ਕੋਈ ਆਣ ਕੇ ਵੀਰ ਭਰਾ ਆਪਣੀ ਤਸੱਲੀ ਵੀ ਕਰਾ ਸਕਦਾ ਜੀ। ਪਹਿਲਾ ਸੂਆ ਸੁਣਾ ਇਹਨੇ, ਹੈ ਨਾ। ਪਹਿਲਾ ਸੂਆ ਸੁਣਾ, ਇਹਦਾ ਦੰਦਾਂ ਜਾਂ ਬੱਚੀ। ਕਿੰਨਾ ਕੁ ਦੁੱਧ ਪਹਿਲੇ ਸੂਏ ਚ ਵਾਜੂਗੇ? ਦੁੱਧ ਵੇਖੋ 15-16 ਕਿਲੋ ਦੇ ਚਵਾਉਗੀ ਇਹ ਪਹਿਲੇ ਸੂਏ। ਅੱਛਾ ਹਾਂਜੀ, ਬਾਕੀ ਸੋਹਣੀ ਵਛੀ ਬਰੀਡ ਚ, ਸਿੰਘਾਂ ਤੋਂ ਮਾਰ ਖਾ ਗਈ, ਸਿੰਘ ਦਗਾਏ ਨਹੀਂ ਗਏ, ਉਹਨਾਂ ਨੇ ਬਾਹਰ ਅੰਦਰ ਜਾਣੇ ਆ। ਠੀਕ ਹੈ ਹਾਂਜੀ, ਆਪਣੀ ਘਰ ਦੀ ਵਛੀ ਮੁੱਲ ਨਹੀਂ ਲਈ। ਠੀਕ ਹੈ ਹਾਂਜੀ, ਬਾਕੀ ਗਾਰੰਟੀ ਇਹਦੀ 5.5 ਮਹੀਨੇ ਸਰਕਾਰੀ ਡਾਕਟਰ ਨੇ ਚੈੱਕ ਕੀਤੀ ਹੈ। ਠੀਕ ਹੈ ਹਾਂਜੀ, ਬਾਕੀ ਕੋਈ ਵੀਰ ਭਰਾ ਆਵੇ ਆਪਣੀ ਤਸੱਲੀ ਕਰਾ ਲੇ। 5.5 ਮਹੀਨੇ ਦੀ ਗੱਪਨ ਜਿਹੜੀ ਚੈੱਕ ਪਾਸ ਹੈ, ਗਾਰੰਟੀ ਹੈ ਜੀ, ਚੈੱਕ ਪਾਸ ਕੋਈ ਆਪਣੀ ਤਸੱਲੀ ਕਰਾ ਲੇ ਇੱਥੇ ਆ ਗਏ। ਠੀਕ ਹੈ, ਮਤਲਬ ਗਰਮੀਆਂ ਚ ਸੋਨਾ ਹੀ ਨੇ ਜਾ ਕੇ। ਹਾਂਜੀ, ਗਰਮੀਆਂ ਕਰਨੀ ਅੱਜ ਸਾਰੀਆਂ ਗਰਮੀਆਂ ਵਾਲੀਆਂ ਹੀ ਆ ਕੇ, ਜਿੰਨਾ ਵੀਰਾਂ ਦੀ ਡਿਮਾਂਡ ਹੁੰਦੀ ਹੈ ਕਿ ਚਲੋ ਗਰਮੀਆਂ ਸੂਆ ਘੱਟ ਹੁੰਦਾ ਤੇ ਹੁਣ ਕੋਈ ਪਸ਼ੂ ਭਾਅ ਚ ਮਿਲ ਜੇ। ਹਾਂਜੀ, ਦੁੱਧ ਵੀ ਤੁਹਾਨੂੰ ਪਤਾ ਉਦੋਂ ਮਹਿੰਗਾ ਹੁੰਦਾ ਤੇ ਦੁੱਧ ਵੀ ਘੱਟ ਲੱਭਦਾ ਵਾ, ਤੇ ਆ ਸਾਰੀਆਂ ਉਦੋਂ ਜਾ ਕੇ ਸੋਨੀਆਂ। ਹਾਂਜੀ ਹਾਂਜੀ, ਵਿਸਾਖੀ ਦੇ ਹੇੜ ਗੇੜ ਥੋੜੀਆਂ ਕੁ ਤਾਂ। ਹਾਂਜੀ, ਵਿਸਾਖੀ ਦੇ ਹੇੜ ਗੇੜ, ਬਾਕੀ ਥਾਂ ਥੂਣ ਬੜਾ ਲੱਗਾ ਵਛੀ ਨੂੰ। ਠੀਕ ਹੈ ਹਾਂਜੀ, ਤੇ ਇਹਦਾ ਕੀ ਮੁੱਲ ਰੱਖਣਾ ਜੀ? ਮੁੱਲ ਇਹਦਾ ਭਾਵੇਂ 28 ਕਰਾ ਲਓ, ਭਾਵੇਂ 30 ਕਰਾ ਲਓ, 25 ਚ ਮਾਨਤਾਨ ਕਰਦਾ। ਅੱਛਾ, 25 ਚ ਮਾਨਤਾਨ ਕਰੋ। ਹਾਂਜੀ, ਮਾਨਤਾਨ ਕਰਦਾ ਹੈ, ਬਾਕੀ ਵੱਡੀ ਵਛੀ ਛੋਟੀ ਨਹੀਂ ਹੈ, ਵੱਡੀ ਹੈ। ਹਾਂਜੀ, ਮਾਨਤਾਨ ਸਾਰੀਆਂ ਚ ਖੁੱਲੇ ਹੋਣਗੇ, ਸਾਰੀਆਂ ਚ ਹੋ ਜਾਣਗੇ ਜੀ। ਠੀਕ, ਖੋਲੋ ਫਿਰ ਵੀਰ ਜੀ ਤੋਰੀ ਇੱਕ ਜੀ ਨੂੰ। ਆ ਦੇ ਸਕਦੇ, ਬਾਕੀ ਕੱਦ ਕਾਠ ਦੀ ਜਿਹੜੀ ਚੰਗੀ ਆ, ਸੂਆ ਜਿਹੜਾ ਇਹਨੇ ਪਹਿਲਾਂ ਹੀ ਸੋਨਾ ਵਾ, ਰੰਗ ਰੂਪ ਦੀ ਜਿਹੜੀ ਸੋਹਣੀ ਆ, ਤੇ 5.5 ਮਹੀਨੇ ਦੀ ਗੱਭਣ ਜਿਹੜੀ ਚੈੱਕ ਪਾਸ ਆ। ਠੀਕ ਹੈ ਵੀਰ ਜੀ, ਲੈ ਜਾ ਵੀਰ ਜੀ ਬੰਦ। ਇਸ ਤਰ੍ਹਾਂ ਵੀਰ ਜੀ ਹੱਥ ਹੱਥ ਲਵਾ ਲੈਂਦੇ ਜੀ? ਸੀਲ ਬਹੁਤ ਸੀਲ ਆ, ਰਾਜ ਖਾ ਦੇ ਹੱਥ ਲਾ ਕੇ, ਠੰਡੀ ਬੜੀ ਹੈ। ਥਾਂ ਦਿਖਾ ਦਈਏ ਦੇ ਕਰੀ ਫਿਰ ਇਸ ਤਰ੍ਹਾਂ, ਹਨਾ। ਥਾਂ ਤੇ ਬੜਾ ਲੱਗਾ ਇਹ, ਪਹਿਲਾਂ ਨਾਲੇ ਹੱਥ ਦਿਖਾਇਆ ਵੀਰ ਜੀ ਇੱਕ ਵਾਰੀ। ਲਓ ਜੀ ਦੇਖੋ,
चौथे नंबर ते काफी कमाल दी एक वैट तुहानू दिखाउणी आ। बॉडी वेट जिहड़ा इहदा बड़ा चंगा है। इह वी साहिवाल जर्सी क्रॉस च आ। दस्सिए वीर जी इह वी मुल रखना जी जर्सी साहिवाल क्रॉस है जड़ी ते सांभी चंगी है। बॉडी वेट बड़ा चंगा वा इहदा। हाँ दे सादे हवाना भी चंगा भरूगी। ठीक है फिर जी लाजी दूर तो भी एक करी दे सादे जी। पिठ पुड़े तो भी दे सादे चंगी गोल है। ठीक है फिर जी बंद दे एक मिनट वीर जी रोक दे ते थाना आपां दिखा दईए चंगी तरह। हाँ दे साडे थाना दा गैप ते साइज एक वीर जी थोड़ी अगे करे। हाँ दे साडे थाना दा गैप ते साइज जिहड़ा इहदा वी चंगा वा गैप चंगा थाना दा। आ बैणी वाले पासे तां वी एक वीर थाने तुहानूं दिखा दईए गैप थाना दा इधर भी चंगा है। हवाने ते बरीक बरीक नाड़ा जिहड़ियां वी सोहणियां चेहरा इहदा वी एक वीर लग रहा दे साडे जी। हुण आ पंजवें नंबर ते एक होर तुहानूं गां आपां दिखाउणी आ थाने दे भी पहलां तुहानूं लागे तों दिखा दईए। मिल्कमैन जिहड़ी इहदी भी चंगी है। दस्सिए वीर जी इहदे बारे भी ਇਹ ਨਾ ਸਾਡੇ 6 ਮਹੀਨੇ ਦੀ ਗੱਭਣ ਆ। ਅੱਛਾ ਸਾਡੇ 6 ਮਹੀਨੇ ਦੀ ਗੱਭਣ ਚੈੱਕ ਪਾਸ ਆ। ਚੈੱਕ ਪਾਸ ਆ ਜੀ ਕੋਈ ਆਣ ਕੇ ਆਪਣੀ ਤਸੱਲੀ ਵੀ ਕਰਾ ਸਕਦਾ। ਠੀਕ ਆ ਤੇ ਸੂਆ ਕਿੰਨਵਾ ਜੇ ਇਹ ਸੂਆ ਦੂਜੇ ਸੂਏ ਸੂਈ ਹੈ ਕਿ ਅੱਛਾ ਤੀਸਰੇ ਲਈ ਗਾਂ ਗੱਭਣ ਆ। ਹਾਂਜੀ ਹੁਣ ਗਾਂ ਤੀਜੇ ਲਈ ਗੱਭਣ ਆ। ਠੀਕ ਆ ਤੇ ਇਹ ਦੁੱਧ ਦਿੰਦੀ ਹੈ ਜੇ ਇਹ ਨਾ ਦੁੱਧ ਦਿੰਦੀ ਸੀ ਤੇ ਬੰਦੇ ਦੀ ਨਾ ਜੀ ਤੋਂ ਮੈਂ ਲਈ ਆ। ਹਾਂਜੀ ਉਹਦੀ ਵਿਚਾਰੇ ਲੱਤ ਕੱਟੀ ਗਈ ਨੇ ਚੋਂ ਦੇ ਦੇਖੋ ਚੋਈ ਨਹੀਂ ਹੈ ਬਾਅਦ ਚੋਂ। ਅੱਛਾ ਅੱਛਾ ਹੁਣ ਦੁੱਧ ਸੁਕਾ ਗਈ ਹੈ। ਅੱਛਾ ਦੁੱਧ ਹੁਣ ਸੁਕਾ ਗਈ ਦੁੱਧ ਹੈਗਾ ਸੀ 10 ਕਿਲੋ ਆਂਦਾ ਮੇਰੇ ਲੱਤ ਕੱਟੀ ਗਈ ਤਾਂ ਬੈਠਾ ਨਹੀਂ ਜਾਂਦਾ ਫਿਰ ਜਨਾਨੀ ਕੋ ਤੁਹਾਨੂੰ ਬਾਅਦ ਚੋਏ ਨਹੀਂ ਜਾਂਦਾ। ਹਾਂਜੀ 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 ਠੀਕ ਹੈ ਤੇ ਹੁਣ ਜੀ ਸੱਜਰ ਸੁਈ ਕਿੰਨਾ ਕੁ ਦੁੱਧ ਚਵਾ ਦਿੰਦੀ ਜੀ। ਉਹ ਤਾਂ ਕਹਿੰਦੇ ਅਸੀਂ 14 15 ਕਿਲੋ ਚੋਂਦੇ ਰਹੇ ਹਾਂ ਘਰ ਵਾਲੇ ਕਹਿੰਦੇ 14 15 ਕਿਲੋ ਚੋਂਦੇ ਰਹੇ ਹਾਂ। ਅੱਛਾ ਹਾਂਜੀ ਤੇ ਇਹਦਾ ਕੀ ਮੁੱਲ ਜੀ ਮੁੱਲ ਇਹਦਾ ਭਾਵੇਂ 30 ਕਰਾ ਲਓ 28 ਕਰਾ ਲਓ 25 ਚੋਂ ਮਾਨਤਾਨ ਕਰ ਦਾਂਗੇ। 25 ਚੋਂ ਕਰ ਦਾਂਗੇ ਮਾਨਤਾਨ। ਹਾਂਜੀ ਬਹੁਤ ਸੋਹਣੀ ਵੈੜ ਹੈ ਭਾਵੇਂ ਕਿਹਨੂੰ ਪਹਿਲੇ ਕਹਿ ਕੇ ਵੇਚ ਦਈਏ ਦੂਜੇ ਕਹਿ ਕੇ ਵੇਚ ਦਈਏ। ਠੀਕ ਹੈ ਪਰ ਜਿੰਨੇ ਸੂਏ ਹੈਗੇ ਆਪਾਂ ਉਹਨੇ ਸੂਏ ਦੱਸਾਂਗੇ। ਠੀਕ ਹੈ ਬਾਕੀ ਸਾਰੀਆਂ ਵੈੜਾਂ ਜਿਹੜੀਆਂ ਹੁਣ ਇਹ ਗਰਮੀਆਂ ਵਾਲੀਆਂ ਆ ਜਾਂਦੀਆਂ। ਹਾਂਜੀ 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 ਜਿੰਨਾਂ ਨੇ ਗਰਮੀਆਂ ਵਾਸਤੇ ਲੈਣੀਆਂ ਲਿਆ ਖੋਲੋ ਫਿਰ। ਹਾਂ ਦੇ ਸਕਦੇ ਜੀ ਬਾਕੀ ਕੱਦ ਕਾਠ ਦੀ ਚੰਗੀ ਆ ਤੇ ਰੰਗ ਰੂਪ ਦੀ ਵੀ ਸੋਹਣੀ ਆ। ਸਾਢੇ 6 ਮਹੀਨੇ ਦੀ ਗੱਭਣ ਜਿਹੜੀ ਚੈੱਕ ਪਾਸ ਆ ਦੱਸ ਦੇ। ਹਾਂਜੀ
ਸਾਂਭੀ ਇਹ ਵੀ ਚੰਗੀ ਬੋਡੀ ਵੇਟ ਜਿਹੜਾ ਇਹਦਾ ਵੀ ਠੀਕ ਠੀਕ ਹੈ ਵੀਰ ਜੀ ਲਾ ਜਾ ਬੰਦ चंगे कद काट हली एक गां दा दिखाउणी है चेहरा इहदा वी आपां देख सकदे काफी प्यारा वा दसिए वीर जी इहदे बारे वी ਮੁੱਲ ਇਹਦਾ 30,000 ਕਰਦੇ ਇਹਦਾ ਵੀ 25 ਚ ਮਾਨ ਤਾਨ ਕਰਦਾਂਗੇ ਅੱਛਾ ਹਾਂਜੀ ਬਾਕੀ ਵਤਰਾਈ ਗਾਂ ਹੈ 65,000-65,000-70,000 ਦੀ ਗਾਂ ਜੇ ਹਾਂਜੀ ਹਾਂਜੀ ਜੇ ਕੋਈ ਚੰਗੇ ਕੱਦ ਕਾਠ ਵਾਲੀ ਸੋਹਣੀ ਹੈ ਤੇ ਇਹ ਵੀ ਹੁਣ 25 ਦੀ ਦੇ ਦੋਗੇ ਹਾਂਜੀ 25 ਦੀ ਦੇ ਦਾਂ ਕਰ ਦੋਗੇ ਮਾਨ ਉੱਚਾ ਕੋਈ ਮਾਨ ਤਾਨ ਹੋ ਜਾਊਗਾ ਜੇ ਕੋਈ ਵੀਰ ਭਰਾ ਆਊਗਾ ਨਾ ਮਾਨ ਲਾ ਜਾਊਗਾ ਖੋਲੋ ਫਿਰ ਤੋਰੀ ਇੱਕ ਰਿੰਨ ਨੂੰ ਉਮੀ ਤੋੜਦਾ ਇਹਨੂੰ ਐਨੂੰ ਤੋਰੀ ਦਾਂ ਜੀ ਮਗਰੋ ਹਾਂ ਦੇਖ ਸਕਦੇ ਜੀ ਕਾਫੀ ਸੋਹਣੀ ਵੈੜ ਹੈ ਜਿਹੜੀ ਉਹ ਕੱਦ ਕਾਠ ਦੀ ਜਿਹੜੀ ਚੰਗੀ ਉੱਚੀ ਹੈ ਇਹ ਵੀ ਜਿਹੜੀ ਠੰਡੀ ਤੇਰੀ ਆ ਤਾਂ ਬਹੁਤ ਵਧੀਆ ਤਾਂ ਆ ਵੇਖੋ ਤਾਂ ਕਿੱਡਾ ਕਿੱਡਾ ਹਾਂਜੀ ਹਾਂਜੀ ਗੈਪ ਠੀਕ ਠੀਕ ਹੈ ਜੀ ਹੁਣ ਇੱਕ ਹੋਰ ਤੁਹਾਨੂੰ ਐਂਡ ਤੇ ਇੱਕ 7ਵੇਂ ਨੰਬਰ ਤੇ ਇੱਕ ਗਾਂ ਤੁਹਾਨੂੰ ਦਿਖਾਉਣੀ ਆ ਇਹਦੇ ਵੀ ਇਹ ਵੀ ਸਿੰਘਾਂ ਵਾਲੀ ਆ ਸਾਈਵਾਲ ਕ੍ਰੋਸ ਚ ਦੱਸੀਏ ਵੀ ਜੀ ਇਹਦੇ ਬਾਰੇ ਇਹ ਨਾ ਲੈਂਦੀ ਜੇ 10 ਕੁ ਦਿਨ ਲੈਂਦੀ ਸੂਣ ਚ ਅੱਛਾ ਹਾਂਜੀ ਤਿਆਰ ਹੀ ਆ ਕੇ ਥੋੜੇ ਕੁ ਦਿਨ ਤਿਆਰ ਹੀ ਆ ਬਾਕੀ ਬਣੋ ਬਣੋ ਚੰਗੀ ਵਛੀ ਤੇ ਲਾਟੋਲਾ ਚੰਗੀਆਂ ਹਾਂਜੀ ਹਾਂਜੀ ਤੇ ਇਹਨੇ ਕਿੰਨਾ ਸੁਆ ਸੋਣਾ ਜੀ ਇਹ ਪਹਿਲੇ ਸੁਆ ਸੋਣੀ ਹੈ ਪਹਿਲਾ ਸੁਆ ਹੀ ਸੋਣਾ ਮੈਂ ਹਾਂਜੀ ਪਹਿਲੇ ਸੁਆ ਸੋਣੀ ਇਹ ਕਿੰਨੇ ਕੁ ਦੁੱਧ ਚਵਾ ਦੋ ਪਹਿਲੇ ਸੂਵੀ ਦੁੱਧ ਚਵਾ ਦੋ 12 13 ਕਿਲੋ ਤੇ ਚਵਾਉਗੀ ਇਹ ਤੋਂ ਘੱਟ ਚਵਾ ਜੋ 12 13 ਹਾਂਜੀ ਚਵਾਉਗੀ ਚਵਾਉਗੀ ਨਾਲ ਠੀਕ ਹੈ ਖੋਲ ਲਾ ਫਿਰ ਤੋਰੀ ਇੱਕ ਰਿੰਨ ਇਹਨੂੰ ਵੀ ਆਉਣੀ ਦੋ ਹਾਂਜੀ ਹਾਂ ਦੇ ਸਕਦੇ ਜੀ बाकी कद काठ दी जिहड़ी चंगी है वी ठीक है वीर जी पशु जेरे सत्त अठ के करीब जो वकाऊ किए तो बाकी कोई वीर इतने आवे अपनी तसली करे चवाई करे पास करके खड़े ज़्यादातर अज सारिया गब्बना ही तो अपने पास जरूर करके खड़े जी जड़िया गब्बना उन्होंने चैक करवा के जरूर खड़े हाँ जी दोस्तों वीडियो में पूरा देखने लिए बहुत बहुत धन्यवाद जी।